ਫਗਵਾੜਾ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ 2 ਅਲੱਗ ਅਲੱਗ ਸਪਾ ਸੈਂਟਰਾਂ 'ਤੇ ਛਾਪੇਮਾਰੀ ਕਰ ਸਪਾ ਸੈਂਟਰਾਂ ਦੀ ਆੜ 'ਚ ਦੇ ਵਪਾਰ ਦਾ ਧੰਦਾ ਕਰਨ ਵਾਲੇ 14 ਲੋਕਾਂ ਖਿਲਾਫ਼ ਮਾਮਲਾ ਦਰਜ ਕਰ ਸਮੇਤ ਔਰਤਾਂ 11 ਲੋਕਾਂ ਨੂੰ ਕਾਬੂ ਕੀਤਾ ਗਿਆ। ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ SHO ਸਿਟੀ ਜਤਿੰਦਰ ਕੁਮਾਰ ਨੇ ਦੱਸਿਆ ਸਾਰਾ ਮਾਮਲਾ ਦੇਖੋ ਤੁਸੀਂ ਵੀ ਇਸ ਵੀਡੀਓ ਦੇ ਅੰਦਰ। ਵਤਨ ਕੀ ਰਾਹੇ ਤੋਂ ਧਰੁਵ ਕਲੂਜਾ ਦੀ ਰਿਪੋਰਟ। ਸਰ ਕੀ ਮਾਮਲਾ ਜੀ ਜਿਹੜਾ ਇੱਕ? ਹਾਂਜੀ, ਅਸੀਂ ਇਹ 2 ਮੁਕੱਦਮੇ ਦਰਜ ਕੀਤੇ ਨੇ, ਜੋ 212 ਨੰਬਰ ਅਤੇ 214 ਨੰਬਰ, ਜਿਸ ਵਿੱਚ ਇੱਥੇ ਚੋਰੀ ਚੁੱਕ ਕੇ ਸਪਾ ਸੈਂਟਰ ਚੱਲਦੇ ਸੀ, ਜਿੱਥੇ ਜੋ ਇਹਨਾਂ ਦੇ ਮਾਲਕ ਸੀ ਉੱਥੇ ਕੁੜੀਆਂ ਨੂੰ ਰੱਖਦੇ ਸੀ ਅਤੇ ਉਹਨਾਂ ਨੂੰ ਬੇਲਾ ਫੁਲਾਸਾ ਆ ਕੇ ਉਹਨਾਂ ਨੂੰ ਪੈਸੇ ਵੀ ਦਿੰਦੇ ਸੀ, ਕਮਿਸ਼ਨ ਵੀ ਦਿੰਦੇ ਸੀ, ਅਤੇ ਉਹਨਾਂ ਨੂੰ ਆਪਣੇ ਨਾਲ ਵੀ ਮਿਲਾ ਲਿਆ ਸੀ ਇਹਨਾਂ ਨੇ, ਅਤੇ ਇਹ ਦੇਹ ਵਪਾਰ ਦਾ ਅਤੇ ਧੰਦਾ ਚੱਲਦਾ ਸੀ। ਜਿਸ ਸੰਬੰਧੀ ਅਸੀਂ ਰੇਡਾਂ ਕੀਤੀਆਂ, ਜਿਸ ਸੰਬੰਧੀ ਅਸੀਂ 2 ਪਰਚੇ ਦਰਜ ਕੀਤੇ ਨੇ, 212 ਨੰਬਰ ਅਤੇ 214 ਨੰਬਰ, ਇਹਦੇ 'ਚ ਅਸੀਂ ਟੋਟਲ 11 ਗ੍ਰਿਫਤਾਰੀਆਂ ਪਾਈਆਂ ਨੇ ਅਤੇ ਸਾਡੇ ਕੋਲ ਰਿਮਾਂਡ 'ਤੇ ਨੇ, ਹਜੇ ਹੋਰ ਵੀ ਪਤਾ ਲਗਾ ਰਹੇ ਹਾਂ। ਅਤੇ ਐਡਾ ਕੁ ਵੱਡਾ ਸਕੈਂਡਲ ਹੈ, ਜਦੋਂ ਅਸੀਂ ਸਾਰਾ ਕੁਛ ਪਤਾ ਕਰਾ ਕੇ ਅਗਲੀ ਕਾਰਵਾਈ ਅਮਲ 'ਚ ਲਿਆਉਂਦੇ ਸੀ। ਅਤੇ ਸਰ ਸੈਂਟਰ ਵਗੈਰਾ ਇਹਨਾਂ ਦੇ ਕਿੱਥੇ ਕੁਛ ਪਤਾ? ਇੱਕ ਹਰਗੋਬਿੰਦ ਨਗਰ ਹੈ ਜੀ, ਇੱਕ ਇੱਥੇ ਪੁਰਾਣੀ ਸਬਜ਼ੀ ਮੰਡੀ ਸੀ।